ਕਹਿੰਦਾ ਆਪੇ ਚਲੇ ਜਾਣਗੇ, ਕਹਿੰਦਾ ਐਵੇਂ ਤੁਹਾਡੇ ਹੱਥ 430 ਦੀ ਟਿਕਟ ਕੱਟ ਕੇ ਫੜਾ ਦੇਣਗੇ, ਫਿਰ ਕੀ ਕਰੋਗੇ? ਹਾਂਜੀ, ਕੀ ਹਾਲ ਚਾਲ ਸਾਰਿਆਂ ਦੇ? ਹੋਪ ਸਾਰੇ ਠੀਕ ਹੋਣਗੇ। ਤੇ ਅੱਜ ਜਿਹੜੇ ਆ ਰੱਖੇ ਸੀ ਕਜ਼ਨ ਮੇਰੇ ਭਰਾ, ਉਹ ਅੱਜ ਚੱਲੇ ਆ ਵਾਪਿਸ ਪੰਜਾਬ, ਤੇ ਆਪਾਂ ਚੱਲੇ ਇਹਨਾਂ ਨੂੰ ਛੱਡਣ। ਇਹ ਸਾਰੇ ਉਸਤਾਦ ਹੋਏ ਬੈਠੇ ਤਿਆਰ, ਇਹਨੇ ਇੱਥੇ ਰਹਿਣਾ, ਇਹਨੇ ਜਾਣਾ ਨੀਗਾ, ਇਹ ਮੇਰੇ ਨਾਲ ਚੱਲਿਆ ਛੱਡਣ। ਤੇ ਆਹ ਇਹਨਾਂ ਦੇ ਬੈਗ ਬੂਗ ਜੇ ਤਿਆਰ ਹੋਏ ਪਏ। ਤੂੰ ਕਿੱਧਰ ਬੈਗ ਤਿਆਰ ਕਰ ਲਿਆ? ਖੁਸ਼ੀ ਦਾ ਟਿਕਾਣਾ ਨੀ ਗਾਣਾ। ਤੇ ਆਪਾਂ ਤੁਹਾਨੂੰ ਮਿਲਦੇ ਹਾਂ ਰਸਤੇ 'ਚ, ਤੇ ਉਸ ਤੋਂ ਬਾਅਦ ਮਿਲਾਂਗੇ ਸਟੇਸ਼ਨ 'ਤੇ ਇਹਨਾਂ ਨੂੰ ਅਲਵਿਦਾ ਕਰਕੇ, ਉਸ ਤੋਂ ਬਾਅਦ ਆਪਾਂ ਘਰ ਆਵਾਂਗੇ। ਅਤੇ ਅਸੀਂ ਲੈ ਲਿਆ ਆਟੋ, ਇੱਕ ਆਟੋ 'ਚ ਅਸੀਂ ਸਾਰੇ ਚੜ੍ਹ ਗਏ। ਇੱਕ ਆਟੋ ਕੀਤਾ ਸੀ, ਠੀਕ ਹੈ ਬਈ, ਕੀ ਕਹਿੰਦੇ ਨੇ, ਇੱਥੋਂ ਬੱਸ ਤਾਂ ਮਿਲਦੀ ਨਹੀਂ ਪਈ ਸੀਗੀ, ਅਤੇ ਸਾਨੂੰ ਮਿਲਿਆ ਆਟੋ। ਆ ਆਟੋ ਰੋਕਿਆ ਸੀਗਾ ਰੋਹਿਤ ਨੇ, ਆਹ ਬੈਠਾ ਸੀ ਤੇ ਅਸੀਂ ਵਿਖਾਉਂਦੇ ਹਾਂ ਤੁਹਾਨੂੰ ਰੂਟ। ਇੱਧਰੋਂ ਅਸੀਂ ਪਹਿਲਾਂ ਫਕੀਰਾ ਗੜੀ ਵਾਲੇ ਪਾਸੋਂ ਹੀ ਜਾਵਾਂਗੇ ਮੇਰੇ ਖਿਆਲ ਨਾਲ, ਤਾਂ ਵਿਖਾਉਂਦਾ ਤੁਹਾਨੂੰ ਰੂਟ। ਜਾਣੀ ਪਿਆਰ ਮੁੰਡੇ ਦਾ ਉਹ ਹੈਕ ਜ਼ੋਰ ਨਾਲ, ਜੇ ਵਿਆਹ ਕੇ ਲੈ ਗਿਆ ਨੀ ਮੈਨੂੰ ਤੇਰਾ ਪਿੰਡ ਦੇਊਗਾ ਖਿਤਾਬ ਗੁੰਡੇ ਦਾ। ਯਾਰ ਪਹੁੰਚ ਗਏ ਸਟੇਸ਼ਨ 'ਤੇ, ਅਤੇ ਅਸੀਂ ਚੜ੍ਹਦੇ ਪੌੜੀਆਂ। ਮੰਗੂ ਸਿਆਂ ਚੱਲੇ ਫਿਰ ਵਾਪਸ, ਜਾਣਾ ਪੈਣਾ, ਕਹਿੰਦਾ ਜਾਣਾ ਹੀ ਪੈਣਾ, ਸਰਦਾ ਨੀਗਾ, ਮੇਰਾ ਪੈਰ ਸੋ ਗਿਆ ਯਾਰ ਟੈਂਪੂ 'ਚ ਬਹਿ ਪੈ ਕੇ। ਨਹੀਂ ਹੁਣ ਤੂੰ ਨਹੀਂ ਰਹਿਣਾ, ਮਤਲਬ ਸਰਦਾ ਨਹੀਂ, ਮੇਰੇ ਦੀ ਸਹੇਲੀ ਰਹਿਣ ਨਹੀਂ ਦਿੰਦੀ ਇੱਥੇ, ਤੇਰੀ ਸਹੇਲੀ ਨੂੰ ਕਈ ਵੇਖੂਗੀ, ਠੀਕ ਹੈ ਹੈਂ। ਸਪਨਾ ਸਭ ਨਾਲ ਅੱਗੇ ਅੱਗੇ ਭੱਜੀ ਜਾਂਦੀ ਹੈ। ਆ ਥੱਲੇ ਟ੍ਰੇਨ ਹੈ ਤੇ
ਹੁਣ ਅਸੀਂ ਇਹਨਾਂ ਨੂੰ ਛੱਡਾਂਗੇ ਦੋ ਨੰਬਰ ਪਲੇਟਫਾਰਮ 'ਤੇ। ਇੱਕ ਤਾਂ ਟ੍ਰੇਨ ਦੀ ਆਵਾਜ਼ ਹੀ ਬੜੀ ਆਈ ਜਾਂਦੀ ਹੈ ਅਤੇ ਟ੍ਰੇਨ ਦਾ ਟਾਈਮ ਹੈਗਾ ਦਿੱਲੀ ਤੋਂ ਚੱਲਣ ਦਾ 1:15, ਇੱਥੇ ਆਊਗੀ 1:40 'ਤੇ। ਇਹਨਾਂ ਨੇ ਰਹਿਣਾ ਨਹੀਂ ਕੰਜਰਦਿਆਂ ਨੇ, ਮਿਲਦੇ ਹਾਂ। ਦੋ ਨੰਬਰ 'ਤੇ ਆਉਂਦੀ ਟ੍ਰੇਨ, ਹੋਰ ਕਹਿੰਦੇ 'ਤੇ ਆਉਂਦੀ ਹੈ ਵੀਰੇ। ਸਾਡੀਆਂ ਟਿਕਟਾਂ ਨੇ ਬੁੱਕ, ਅਸੀਂ ਚੱਲੇ ਹਾਂ ਕੁੱਲੂ ਮਨਾਲੀ। ਹੁਣ ਇਹ ਨਹੀਂ ਪਤਾ ਕੁੱਲੂ ਚੱਲੇ ਹਾਂ ਕਿ ਮਨਾਲੀ ਚੱਲੇ ਹਾਂ। ਹੈਂ, ਬੈਗ ਬੂਗ ਵਾਹ ਵਾਹ ਕੱਸੇ ਹੋਏ ਇਹਨਾਂ ਨੇ। ਸਪਨਾ ਵੇਖੋ ਸਭ ਨਾਲ ਲੱਗੇ ਅੱਗੇ, ਪਿੱਛੇ ਮੁੜ ਕੇ ਵੀ ਨਹੀਂ ਵੇਖਦੀ ਵੀ ਮੈਂ ਆਈ ਕਿਹੜੇ ਪਾਸੋਂ। ਹੈ ਉਤਰਨਾ ਪਏਗਾ, ਜਲਦੀ ਜਲਦੀ ਲੈ ਜਾਓ, ਟ੍ਰੇਨ ਆਉਣ ਦਾ ਟਾਈਮ ਹੋ ਗਿਆ ਜੀ। ਫਿਰਨਾ ਕਿਹਾ ਜੀ ਰੋਹਿਤ, ਮੈਨੂੰ ਲੱਗਦਾ ਸੀ ਤਾਂ ਘਰੇ ਜਾਊਗਾ ਇੱਥੋਂ ਦੀ। ਕਿੰਨੇ ਨੰਬਰ ਹੈਗਾ ਤੁਹਾਡਾ? ਇੱਧਰਲੇ ਪਾਸੇ ਆ ਜਾਓ। ਅਤੇ ਟ੍ਰੇਨ ਇਹਨਾਂ ਦੀ ਆਉਣ ਵਾਲੀ ਆ, ਠੀਕ ਹੈ। ਗਰਮੀ ਇੱਥੇ ਬਹੁਤ ਆ ਅਤੇ ਇੱਥੇ ਪਤਾ ਨਹੀਂ ਸਾਲੇ ਪਲੇਟਫਾਰਮ ਦੀ ਟਿਕਟ ਮੰਗਦੇ ਪਏ ਨੇ, ਸਾਡੇ ਕੋਲ ਹੈਗੀ ਨਹੀਂ, ਇਸ ਤਰ੍ਹਾਂ ਇਹਨਾਂ ਨੂੰ ਛੱਡਣ ਆਏ ਸੀ। ਅਤੇ ਅਸੀਂ ਟ੍ਰੇਨ 'ਚ ਵੜੇ ਅਤੇ ਉੱਧਰਲੇ ਪਾਸੋਂ ਟੀਟੀ ਆਇਆ ਅਤੇ ਕਹਿੰਦਾ ਵੀਰੇ ਕਿੱਥੇ ਜਾਣਾ ਹੈ? ਅਤੇ ਮੈਂ ਕਿਹਾ ਬਈ ਅਸੀਂ ਛੱਡਣ ਆਏ ਹਾਂ ਕਿਸੇ ਨੂੰ। ਕਹਿੰਦਾ ਆਪੇ ਚਲੇ ਜਾਣਗੇ, ਕਹਿੰਦਾ ਐਵੇਂ ਤੁਹਾਡੇ ਹੱਥ 430 ਦੀ ਟਿਕਟ ਕੱਟ ਕੇ ਫੜਾ ਦੇਣਗੇ, ਫਿਰ ਕੀ ਕਰੋਗੇ? ਅਤੇ ਅਸੀਂ ਇਹਨਾਂ ਨੂੰ ਛੱਡ ਕੇ ਹੁਣ ਚੱਲੇ ਹਾਂ, ਮੇਰੇ ਆਪੇ ਟ੍ਰੇਨ ਆਊਗੀ ਅਤੇ ਚੜ੍ਹ ਚੁੜ ਜਾਇਆ ਜੀ, ਠੀਕ ਹੈ। ਅਤੇ ਅਸੀਂ ਚੱਲੇ ਹਾਂ ਹੁਣ ਘਰੇ, ਠੀਕ ਹੈ ਸਪਨਾ। ਸੋ ਹੁਣ ਲਈ ਬਾਏ ਬਾਏ, ਠੀਕ ਹੈ, ਮਿਲਦੇ ਓਕੇ ਉਸਤਾਦ, ਠੀਕ ਹੈ ਮੰਗੂ ਜੀ, ਧਿਆਨ ਨਾਲ ਜਾਇਆ ਜੀ, ਚਲੋ ਮਿਲਦੇ ਹਾਂ ਫਿਰ, ਠੀਕ ਹੈ, ਬਾਏ ਬਾਏ। ਅਤੇ ਅਸੀਂ ਉਹਨਾਂ ਨੂੰ ਛੱਡ ਕੇ ਆ ਗਏ, ਠੀਕ ਹੈ। ਅਸੀਂ ਦੋਵੇਂ ਹੁਣ ਚੱਲੇ ਹਾਂ ਘਰ ਨੂੰ ਅਤੇ ਜਿਹਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ 'ਤੇ ਪ੍ਰੈਸ ਕਰ ਲਿਓ, ਲਾਈਕ ਕਮੈਂਟ ਸ਼ੇਅਰ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ। ਅਤੇ ਅਸੀਂ ਤੁਹਾਨੂੰ ਮਿਲਦੇ ਹਾਂ ਅਗਲੇ ਵਲੋਗ 'ਚ।